ਸਾਡੇ ਇੱਥੇ ਕੰਮ ਕਰਦੇ ਹਾਂ ਕਾਮਿਆਂ ਨੂੰ ਆ ਕੁਛ ਪਰਿਵਾਰਕ ਮੈਂਬਰ ਆ ਸਾਡੇ ਇੱਧਰ ਜਸਵਿੰਦਰ ਸਿੰਘ ਅਮਰੀਕ ਸਿੰਘ ਦਾ ਲੜਕਾ ਜੀ ਉਹ ਆਪਣੇ ਕੁਛ ਬੰਦਿਆਂ ਦੇ ਨਾਲ ਆ ਕੇ ਸਾਡੇ ਬੰਦਿਆਂ ਨੂੰ ਕਹਿੰਦਾ ਵੀ ਤੁਸੀਂ ਇੱਥੇ ਕੰਮ ਨਹੀਂ ਕਰ ਸਕਦੇ ਇਹਨੂੰ ਕੰਮ ਕਰਨ ਤੋਂ ਰੋਕ ਇਹ ਸਾਡਾ ਜਿਹੜਾ ਸੜਕ ਇੱਥੋਂ 18 ਫੁੱਟ ਆ 4 ਕਰਮਾਂ ਆ ਅਸੀਂ ਆਪਣੇ ਥਾਂ 'ਚ ਕਰ ਰਹੇ ਹਾਂ ਇਹਦੇ ਵਿੱਚ ਪੰਚਾਇਤ ਦਾ ਜਾਂ ਕਿਸੇ ਹੋਰ ਦਾ ਕੋਈ ਰੋਲਾ ਨਹੀਂ ਹੈਗਾ ਭਾਅ ਜੀ ਮੈਂ ਉਹ ਮੇਰਾ ਲਾਇਸੈਂਸ ਹੀ ਪਿਸਤੌਲ ਮੈਂ ਕੱਢਿਆ ਨਹੀਂ ਕਿਸੇ ਨੂੰ ਦਿਖਾ ਲਿਆ ਨਹੀਂ ਭਾਅ ਜੀ ਫਗਵਾੜਾ ਦੇ ਪਿੰਡ ਮਾਧੋਪੁਰ 'ਚ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਨਾਲੀ ਬਣਾਉਣ ਨੂੰ ਲੈ ਕੇ ਦੋ ਧਿਰਾਂ ਆਪਸ 'ਚ ਭਿੜ ਗਈਆਂ ਇਸ 'ਚ ਇੱਕ ਧਿਰ ਦਾ ਦੋਸ਼ ਹੈ ਕਿ ਦੂਜੀ ਧਿਰ ਵੱਲੋਂ ਉਹਨਾਂ ਦੇ ਕੰਮ ਕਰਨ ਵਾਲੇ ਕਰਿੰਦਿਆਂ ਨਾਲ ਬੁਰਾ ਵਤੀਰਾ ਕੀਤਾ ਗਿਆ ਹੈ ਅਤੇ ਉਹਨਾਂ 'ਤੇ ਵੀ ਬੰਦੂਕ ਧਾਣੀ ਗਈ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ ਜਦਕਿ ਉਹ ਸਾਰਾ ਕੰਮ ਆਪਣੇ ਪੈਸਿਆਂ ਨਾਲ ਕਰਵਾ ਰਹੇ ਨੇ ਲੋਕਾਂ ਨੇ ਪੁਲਿਸ 'ਤੇ ਵੀ ਇਲਜ਼ਾਮ ਲਗਾਇਆ ਕਿ ਪੁਲਿਸ ਵੱਲੋਂ ਉਹਨਾਂ ਦੇ ਪੰਚਾਇਤ ਮੈਂਬਰ ਅਤੇ ਉਹਨਾਂ ਨਾਲ ਬਦਤਮੀਜ਼ੀ ਕੀਤੀ ਗਈ ਹੈ ਇਸ ਸੰਬੰਧ 'ਚ ਪੰਚ ਮੈਂਬਰ ਨੇ ਕਿਹਾ ਕਿ ਇਸ ਲੜਾਈ 'ਚ ਪੁਲਿਸ ਵਾਲੇ ਨੇ ਉਹਨਾਂ ਨਾਲ ਬਦਤਮੀਜ਼ੀ ਕੀਤੀ ਹੈ ਕੀ ਨਾਮ ਆ ਆਪਣਾ ਨਰਿੰਦਰ ਸਿੰਘ ਧਾਲੀਵਾਲ ਲੰਬੜਦਾਰ ਮਾਧੋਪੁਰ ਭਾਅ ਜੀ ਕੀ ਮਾਮਲਾ ਅੱਜ ਮਾਮਲਾ ਇਹ ਸੀਗਾ ਜੀ ਸਾਡੇ ਤਾਇਆ ਜੀ ਸੋਹਣ ਸਿੰਘ ਦਾ ਪਲਾਟ ਆ ਜੀ ਇੱਧਰ ਇਹਨੂੰ ਸਾਡੇ ਪਰਿਵਾਰਕ ਮੈਂਬਰ ਇਹਨੂੰ ਨਾਲੀ ਬਣਾਉਣ ਲੱਗੇ ਸੀਗੇ ਨਾਲ ਨਾਲ ਆਪਣੀ ਮਤਲਬ ਪਾਣੀ ਦਾ ਜਿਹੜਾ ਆ ਨਿਕਾਸ ਕਰਨ ਵਾਸਤੇ ਆਪਣੀ ਜਗ੍ਹਾ ਦੇ ਵਿੱਚ ਅਤੇ ਸਾਡੇ ਇੱਥੇ ਕੰਮ ਕਰਦੇ ਹਾਂ ਕਾਮਿਆਂ ਨੂੰ ਆ ਕੁਛ ਪਰਿਵਾਰਕ ਮੈਂਬਰ ਆ ਸਾਡੇ ਇੱਧਰ ਜਸਵਿੰਦਰ ਸਿੰਘ ਅਮਰੀਕ ਸਿੰਘ ਦਾ ਲੜਕਾ ਜੀ ਉਹ ਆਪਣੇ ਕੁਛ ਬੰਦਿਆਂ ਦੇ ਨਾਲ ਆ ਕੇ ਸਾਡੇ ਬੰਦਿਆਂ ਨੂੰ ਕਹਿੰਦਾ ਵੀ ਤੁਸੀਂ ਇੱਥੇ ਕੰਮ ਨਹੀਂ ਕਰ ਸਕਦੇ ਇਹਨੂੰ ਕੰਮ ਕਰਨ ਤੋਂ ਰੋਕਿਆ ਅਤੇ ਹੁਣ ਉਹ ਪੁਲਿਸ ਮੁਲਾਜ਼ਮ ਆਏ ਸੀਗੇ ਸਦਰ ਥਾਣੇ ਤੋਂ ਪੋਲੀਟੀਕਲ ਪ੍ਰੈਸ਼ਰ ਉਹਨਾਂ ਨੇ ਬਣਾ ਕੇ ਸਾਡੇ ਦੇ ਇੱਥੇ ਆ ਕੇ ਸਾਡੇ ਮੁਲਾਜ਼ਮਾਂ ਨੂੰ ਇੱਥੇ ਸਾਡੇ ਕੰਮ ਕਰਨ ਵਾਲੇ ਮੁੰਡਿਆਂ ਨੂੰ ਵੀ ਗਲਤ ਮਲਤ ਬੋਲੇ ਸਾਡੇ ਇੱਕ ਮੁੰਡਾ ਪੰਚਾਇਤ ਮੈਂਬਰ ਆ ਜੀ ਰਣਜੀਤ ਕੁਮਾਰ ਇਹਨੂੰ ਬਹੁਤ ਰਫ ਬੋਲਿਆ ਜੀ ਆ ਕੇ ਉੱਥੇ ਐੱਸ ਏ ਹਰਜਿੰਦਰ ਸਿੰਘ ਕੀ ਨਾਮ ਸੀ ਰਘਵੀਰ ਸਿੰਘ ਜੀ ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਅਸੀਂ ਇਹ ਆਪਣੇ ਥਾਂ 'ਚ ਕਰ ਰਹੇ ਹਾਂ ਇਹ ਸਾਡਾ ਜਿਹੜਾ ਸੜਕ ਇੱਥੋਂ 18 ਫੁੱਟ ਆ 4 ਕਰਮਾਂ ਆ ਅਸੀਂ ਆਪਣੇ ਥਾਂ 'ਚ ਕਰ ਰਹੇ ਹਾਂ ਇਹਦੇ ਵਿੱਚ ਪੰਚਾਇਤ ਦਾ ਜਾਂ ਕਿਸੇ ਹੋਰ ਦਾ ਕੋਈ ਰੋਲਾ ਨਹੀਂ ਹੈਗਾ ਇਹ ਆਪਣੇ ਖਰਚੇ ਤੇ ਤੁਸੀਂ ਕਰ ਰਹੇ ਹੋ ਅਸੀਂ ਆਪਣੇ ਖਰਚੇ ਤੇ ਕਰ ਰਹੇ ਹਾਂ ਪੰਚਾਇਤ ਦੇ ਮੈਂਬਰ ਕਿੰਨੇ ਨਾਲ ਤੁਹਾਡੇ ਸਾਡੇ ਨਾਲ 5 ਪੰਚਾਇਤ ਮੈਂਬਰ ਆ ਠੀਕ ਹੈ ਹੋਰ ਕਿਹਨੂੰ ਇਤਰਾਜ਼ ਹੈ ਪੰਚਾਇਤ ਵਿੱਚੋਂ ਹਾਂਜੀ ਹੋਰ ਸਾਡੇ ਜੀ ਪੰਚਾਇਤ ਮੈਂ ਸੋਢੀ ਰਾਮ ਆ ਜੀ ਹਰਨੇਕ ਸਿੰਘ ਆ ਜੀ ਅਸੀਂ 5 ਮੈਂਬਰ ਨੇ ਨਾਲ ਆ ਤੇ ਕਿਸੇ ਨੂੰ ਇਤਰਾਜ਼ ਨਹੀਂ ਬਿਲਕੁਲ ਪਾਣੀ ਦੀ ਢਲਾਣ ਇਧਰਲੇ ਪਾਸੇ ਨੂੰ ਆ ਜੀ ਛੱਪੜ ਵੱਲ ਨੂੰ ਇਹਦਾ ਵਹਾਅ ਜੀ ਇਧਰ ਨੂੰ ਹੀ ਪਾਣੀ ਦਾ ਜਿਹੜਾ ਰੂਟ ਬਣਦਾ ਜੀ ਉਧਰ ਨੂੰ ਬਣਦਾ ਨਹੀਂ ਕਿਉਂਕਿ ਇਧਰਲੇ ਪਾਸੇ ਨੂੰ ਉੱਚਾ ਜੀ ਤੁਸੀਂ ਹੁਣ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਉਹਦੇ ਘਰ ਜਸਵਿੰਦਰ ਸਿੰਘ ਦੇ ਘਰ ਦੇ ਅੱਗੇ ਵੀ ਨਾਲੀ ਬਣੀ ਹੋਈ ਆ ਇਹ ਸੜਕ ਦੇ ਆਪੋਜਿਟ ਵੀ ਨਾਲੀ ਜਾ ਰਹੀ ਆ ਛੱਪੜ ਵਾਲੀ ਦਿਸ਼ਾ ਨੂੰ ਬਟ ਪਤਾ ਨਹੀਂ ਇਹਨਾਂ ਨੂੰ ਕੀ ਸਾਡੇ ਨਾਲ ਹੈਗਾ ਜੀ ਛੱਪੜ ਬਣ ਜਾ ਰਿਹਾ ਹੈ ਜੀ ਤੁਸੀਂ ਕੀ ਜਾਣਦੇ ਪ੍ਰਸ਼ਾਸਨ ਤੋਂ ਅਸੀਂ ਇਹ ਚਾਹੁੰਦੇ ਆ ਵੀ ਪ੍ਰਸ਼ਾਸਨ ਸਾਡੀ ਇਹਨਾਂ ਨੂੰ ਇਹਨਾਂ ਦੇ ਉੱਪਰ ਜਿਹੜੀ ਬਣਦੀ ਕਾਨੂੰਨੀ ਆ ਕਾਰਵਾਈ ਇਹਨਾਂ ਉੱਪਰ ਬਣੇ ਕਿਉਂਕਿ ਇਹਨਾਂ ਨੇ ਪਿਸਤੌਲ ਦਿਖਾਇਆ ਇੱਥੇ ਸਾਡੇ ਬੰਦਿਆਂ ਦੇ ਉੱਪਰ ਕਾਮਿਆਂ ਉੱਪਰ ਆ ਕੇ ਜਸਵਿੰਦਰ ਸਿੰਘ ਦਾ ਭਤੀਜਾ ਜਿਹੜਾ ਜੀ 84 ਲੈ ਕੇ ਆ ਜੀ ਇੱਥੇ ਸਾਡੇ ਆ ਕੇ ਬੰਦਿਆਂ ਦੇ ਨਾਲ ਉਹ ਮਤਲਬ ਇੱਥੇ ਆ ਕੇ ਬਹੁਤ ਰਾਹ ਬੋਲਿਆ ਜੀ ਰੂੜ ਬੋਲਿਆ ਜੀ ਹਾਂਜੀ ਸਰ ਕੀ ਮਾਮਲਾ ਜਿਹੜਾ ਅੱਜ ਮਾਮਲਾ ਸਰ ਮੈਂ ਪਿੰਡ ਮਾਧੋਪੁਰ ਤੋਂ ਮਨਜੀਤ ਸਿੰਘ ਪੰਚ ਮੌਜੂਦਾ ਕੱਲ੍ਹ ਸਾਡੇ ਹੈ ਨਾ ਮਾਧੋਪੁਰ ਦੇ ਵਿੱਚ ਲੜਾਈ ਹੋਈ ਸੀ ਨਾਲੀ ਤੋਂ ਪਿੰਡ ਦੇ ਉੱਤੇ ਉੱਥੇ ਪੰਚਾਇਤ ਤੌਰ 'ਤੇ ਮੈਂ ਗਿਆ ਸੀਗਾ ਅਤੇ ਉਹ ਕੀ ਨਾਮ ਜੀ ਆਪਣਾ ਮੇਰਾ ਨਾਮ ਮਨਜੀਤ ਸਿੰਘ ਹਾਂਜੀ ਹਾਂਜੀ ਅਤੇ ਉੱਥੇ ਹੈ ਨਾ ਇਹ ਸਦਰ ਥਾਣੇ ਤੋਂ ਗਏ ਸੀ ਰਘਵੀਰ ਸਿੰਘ ਅਤੇ ਪਰਮਜੀਤ ਸਿੰਘ ਅਤੇ ਮੈਂ ਜਾ ਕੇ ਉੱਥੇ ਜਿੱਦਾਂ ਮੈਨੂੰ ਬੁਲਾਇਆ ਪਿੰਡ ਤੌਰ 'ਤੇ ਪੰਚਾਇਤ ਮੈਂਬਰ ਤੌਰ 'ਤੇ ਅਤੇ ਉੱਥੇ ਗਿਆ ਅਤੇ ਜਦ ਹੁਣ ਰਘਵੀਰ ਸਿੰਘ ਹੁਣੀ ਜਾ ਕੇ ਨਾਲ ਉਹਨਾਂ ਨਾਲ ਅਵਤਾਰ ਸਿੰਘ ਪੰਚ ਵੀ ਸੀਗੇ ਅਤੇ ਜਦੋਂ ਮੈਂ ਜਾ ਕੇ ਖੜਾ ਹੋਇਆ ਜਿੱਦਾਂ ਉਹ ਖੜੇ ਅੱਗੇ ਜਾ ਕੇ ਮੈਨੂੰ ਕਹਿਣ ਲੱਗੇ ਹਾਂ ਤੇਰੀ ਨਾਲ ਹੀ ਆ ਇਹ ਮੈਂ ਕਿਹਾ ਨਹੀਂ ਸਰ ਮੇਰੀ ਨਹੀਂ ਆ ਵੀ ਮੈਂ ਤਾਂ ਪਿੰਡ ਤੌਰ 'ਤੇ ਆਇਆ ਕਹਿੰਦੇ ਤੁਸੀਂ ਪੱਟੀ ਫਿਰਦੇ ਆਵਾਂ ਕੌਣ ਹੈ ਨਾ ਮੈਂ ਕਿਹਾ ਸਰ ਤੁਸੀਂ ਮਤਲਬ ਵੀ ਮੈਂ ਤਾਂ ਆ ਹੀ ਆਲੇ ਕਹਿੰਦੇ ਤੁਹਾਡੀ ਮੈਂ ਕਿਹਾ ਨਹੀਂ ਸਰ ਮੇਰੀ ਨਹੀਂ ਮੈਂ ਕਹਿੰਦੇ ਬੁਲਾਓ ਉਹਨਾਂ ਨੂੰ ਮੈਂ ਕਿਹਾ ਚਾਹ ਪੀਂਦੇ ਸਰ ਕਹਿੰਦੇ ਤੁਹਾਨੂੰ ਚਾਹ ਪਾਣੀ ਪਿਲਾਉਂਦੇ ਥਾਣੇ ਲੈ ਜਾ ਕੇ ਚੱਕ ਕੇ ਜਿਹੜਾ ਅਤੇ ਮੈਂ ਕਿਹਾ ਸਰ ਤੁਸੀਂ ਦੱਬ ਕੇ ਮਾਰੀ ਜਾਵੇ ਮੈਨੂੰ ਮੈਂ ਕਿਹਾ ਸਰ ਤੁਸੀਂ ਮੈਨੂੰ ਕਹਿੰਦੇ ਗਲਤ ਬੋਲਦੇ ਵੀ ਮੈਂ ਵੀ ਤੁਹਾਡਿਆਂ ਨੂੰ ਹੈਗਾ ਲੈਂਕ ਮੇਰਾ ਵੀ ਮੈਂ ਵੀ ਦੁਆ ਆ ਮੈਂਬਰ ਆ ਵੀ ਤੁਸੀਂ ਇੱਦਾਂ ਨਾ ਕਰੋ ਮੈਨੂੰ ਕਹਿੰਦੇ ਗਲਤ ਬੋਲਦੇ ਪਏ ਆ ਮੈਂ ਕਹਿੰਦਾ ਤੈਨੂੰ ਕੀ ਗਲਤ ਬੋਲਤਾ ਇੱਦਾਂ ਕਰ ਦੂੰ ਐਂ ਕਰ ਦੂੰ ਇਸ ਕਰਕੇ ਅੱਜ ਆਪਾਂ ਕਿਹਨਾਂ ਨੂੰ ਮਿਲੇ ਆ ਉੱਚ ਅਧਿਕਾਰੀ ਨੂੰ ਮੈਂ ਹਾਂਜੀ ਅੱਜ ਉੱਚ ਅਧਿਕਾਰੀ ਕਿਹਨਾਂ ਨੂੰ ਮਿਲੇ ਤੁਸੀਂ ਐਸਪੀ ਸਾਹਿਬ ਨੂੰ ਮਿਲਿਆ ਜੀ ਕੀ ਆਸ਼ਵਾਸਨ ਦਵਾਇਆ ਤੁਹਾਨੂੰ ਇਹਨਾਂ ਨੇ ਉਹਨਾਂ ਨੇ ਉਹਨੇ ਮਾਰਕ ਕਰ ਦਿੱਤੀ ਆ ਡੀਐਸਪੀ ਸਾਹਿਬ ਨੂੰ ਪਰਮਜੀਤ ਨੂੰ ਫਗਵਾੜਾ ਹਾਂਜੀ ਹਾਂਜੀ ਉਹ ਕਹਿੰਦੇ ਹੁਣ ਮੈਂ ਨੰਬਰ ਲੈ ਲਿਆ ਉਹਨਾਂ ਰਿਪੋਰਟ ਦਾ ਕੱਲ੍ਹ ਕਿ ਜਦੋਂ ਬੁਲਾਉਂਗੇ ਡੀਐਸਪੀ ਸਾਹਿਬ ਉੱਥੇ ਦੂਜੇ ਪਾਸੇ ਦੂਜੀ ਧਿਰ ਦਾ ਕਹਿਣਾ ਹੈ ਕਿ ਪਿੰਡ 'ਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਮੁਸ਼ਕਿਲਾਂ ਆ ਰਹੀਆਂ ਹਨ ਜਿਸ 'ਚ ਪਹਿਲੀ ਧਿਰ ਵੱਲੋਂ ਪਾਣੀ ਸੜਕ ਵੱਲ ਨੂੰ ਕੱਢਿਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ ਇਸ ਤੋਂ ਇਲਾਵਾ ਬੰਦੂਕ ਤਾਨਣ ਦੇ ਆਰੋਪ ਨੂੰ ਉਹਨਾਂ ਨੇ ਸਿਰੇ ਤੋਂ ਨਕਾਰਿਆ ਭਾਜੀ ਕੀ ਨਾਮ ਆਪਣਾ ਜਸਵਿੰਦਰ ਸਿੰਘ ਭਾਜੀ ਮੇਰਾ ਨਾਮ ਭਾਜੀ ਕੀ ਮਾਮਲਾ ਅੱਜ ਭਾਜੀ ਮਾਮਲਾ ਹੈਗਾ ਪਾਣੀ ਦਾ ਪਿੰਡ ਦੇ ਪਾਣੀ ਦੇ ਨਿਕਾਸ ਦਾ ਭਾਜੀ ਇਹਨਾਂ ਦਾ ਪਾਣੀ ਜਿਹੜਾ ਤਿੰਨਾਂ ਚੌਂ ਘਰਾਂ ਦਾ ਪਹਿਲਾਂ ਪਿੰਡ ਵੱਲ ਨੂੰ ਜਾਂਦਾ ਅਤੇ ਇਹਨੇ ਇੱਕ ਮਹੀਨਾ ਪਹਿਲਾਂ ਹੈ ਨਾ ਪਾਣੀ ਸੜਕ ਦੇ ਵਿੱਚ ਛੱਡ ਦਿੱਤਾ ਸਾਡੇ ਵੱਲ ਨੂੰ ਜਦੋਂ ਅਸੀਂ ਲੰਘਦੇ ਆਪਣੇ ਰਾਹ ਦੇ ਵਿੱਚ ਭਾਜੀ ਉਹਨਾਂ ਦਾ ਨਾਮ
इन्हों का ही पहला आता जी, हूँ नाल है दलजीत सिंह, इन्हों का पानी है जी जो सड़क वालू हूँ क्ढन फिरते हैं। इन्हों निकास जाने के पहला पिंड वालू सी, तो बी डी ओ साहब ने सड़क तो पानी बंद कराया, जिदा सड़क च पाते ही ये पानी, तो हूँ दोबारा फिर यही दो तीन दिन हो गए इन पानी छड़ के छड़ दिता है। इस करके अं मोहरे मिट्टी रखी, साडा लंघना भी औखा हो गया जी गेटा को अपने। तो अज जदों पंचायत वाले इन्हों कह के गए आ कि असी है ना नाली ताड़ी पिंड वालू बना नहीं, क्योंकि भाजी उन्होंने पंचायत मैंबर ने कहा कि सानू कोई इतराज नहीं है। किधर नू जाने नहीं भाजी, वो कहते जेनू पानी का पहला निकास चलता ही उन्हीं चलना। बी डी ओ साहब ने भी यही गल कही अगे, क्योंकि परचा दे हटे वो इन्हों का पानी सड़क तो बंद करा के गए, क्योंकि पानी पानी आप बदल नहीं। उन्होंने दोष ये भी लाया कि जसविंदर सिंह आके पिस्तौल दिखा के गया। भाजी कोई पिस्तौल नहीं भाजी, मैं वो मेरा लाइसेंस ही पिस्तौल है, मैं कढ़िया नहीं किसी दिखा लिया नहीं भाजी। ਹੁਣ ਭਾਜੀ ਇਹ 100 ਜਣਾ ਆਇਆ ਉੱਥੇ ਇਕੱਠੇ ਹੋ ਕੇ ਆਏ ਮੇਰੇ ਵੱਲੋਂ, ਅਤੇ ਅਸੀਂ ਦੋਨੇ ਜਾਣੇ ਸੀਗੇ ਭਾਜੀ, ਇਹ ਦੋ ਹੀ ਜਾਣੇ ਸੀ ਅਸੀਂ, ਵਰਿੰਦਰ ਸਿੰਘ ਭਾਜੀ ਸਾਡੇ ਬਾਅਦ 'ਚ ਆਏ ਆ, ਅਤੇ ਮੇਰੇ ਭਾਬੀ ਜੀ ਨੂੰ ਕਹਿੰਦੇ ਤੁਸੀਂ ਜਿਹੜੇ ਬੰਦੇ ਸੱਦਣੇ ਸੱਦ ਲਓ ਅਸੀਂ ਦੇਖ ਲੈਂਦੇ ਹਾਂ। ਅਤੇ ਮੇਰੇ ਮਦਰ ਦੇ ਨਾਲ ਆਪਾਂ ਦੋਨੇ ਜਾਣੇ ਗਏ ਸੀਗੇ, ਅਤੇ ਮੇਰੇ ਮਦਰ ਨੂੰ ਮੇਰੇ ਸਾਹਮਣੇ ਕਹਿੰਦੇ ਸੱਦ ਲਓ ਜਿਹਨੂੰ ਤੁਸੀਂ ਸੱਦਣਾ ਆ, ਅਤੇ ਅਸੀਂ ਇੱਦਾਂ ਹੀ ਧੱਕਾ ਖਾਣਾ ਤੁਹਾਡੇ ਨਾਲ, ਅਤੇ ਉਹਨਾਂ ਨੇ ਆਹ ਵੀ ਕਿਹਾ ਸਾਨੂੰ ਕਿ ਆਪਣੇ ਕੋਈ ਗੱਲ ਨਹੀਂ ਤੁਹਾਨੂੰ ਤੁਸੀਂ ਟਾਈਮ ਪਾ ਲਓ ਅਸੀਂ ਤੁਹਾਨੂੰ ਦੇਖ ਲਾਂਗੇ, ਅਤੇ ਇਹ ਗੱਲ ਨਹੀਂ ਕਹਿਣੀ ਬਣਦੀ ਸੀ ਮੇਰੇ ਮਦਰ ਨੂੰ ਉਹਨਾਂ ਨੂੰ। ਭਾਜੀ ਇਹਦੇ ਵਿੱਚ ਜਿਹੜੇ ਨਾਲ ਬੰਦੇ ਆ ਕੁਲਦੀਪ ਸਿੰਘ, ਅਕਬਾਲ ਸਿੰਘ, ਇਹ ਬਾਕੀ ਲਖਵੀਰ ਸਿੰਘ ਅਤੇ ਨਰਿੰਦਰ ਸਿੰਘ, ਹੋਰ ਹੋਰ ਕੌਣ ਸੀ ਇਹਦੇ, ਜਿਹੜਾ ਕੁਲਦੀਪ ਸਿੰਘ ਵਾ ਜੀ ਅੱਜ ਤੋਂ ਮਹੀਨਾ ਪਹਿਲਾਂ ਉਹਨੇ ਮੰਦਰ ਦਾ 3 ਫੁੱਟ 9 ਇੰਚੀ ਥਾਂ ਦੱਬ ਲਿਆ ਜੀ। ਉਹ ਪੰਚਾਇਤ ਵਾਲਿਆਂ ਉਹਦੀ ਕੰਧ ਢਵਾ ਕੇ ਪਿੱਛੇ ਕੀਤੀ, ਅਤੇ ਇਹ ਮਲਕੀ ਦੂਏ ਕੁਲਦੀਪ ਸਿੰਘ ਦੀ ਸਾਂਝੀ ਜ਼ਮੀਨ ਵਾ ਅਕਬਾਲ ਸਿੰਘ ਹੁਣਾਂ ਦੀ, ਅਤੇ ਇਹਨੀ 5 ਫੁੱਟ ਰਾਬ ਆਇਆ ਉਹ ਅੱਜ ਤੋਂ 2 ਸਾਲ ਪਹਿਲਾਂ ਅਸੀਂ ਦਰਖਾਸਤ ਦੇ ਕੇ ਕਢਾਇਆ ਸੀ, ਉਹ ਅੱਜ ਤਾਂ ਇਹਨੀ 4-5 ਫੁੱਟ ਥਾਂ ਨਹੀਂ ਛੱਡਿਆ। ਠੀਕ ਹੈ ਭਾਅ ਜੀ, ਤੁਸੀਂ ਕੀ ਚਾਹੁੰਦੇ ਹੋ? ਅਸੀਂ ਭਾਅ ਜੀ ਚਾਹੁੰਦੇ ਜਿੱਦਣ ਨੂੰ ਪਹਿਲਾਂ ਪਾਣੀ ਲੱਗਾ ਆ ਉਹਨੂੰ ਹੀ ਜਾਵੇ ਪਾਣੀ, ਕਿਉਂਕਿ ਇਹ ਰਾਹ ਜਿਹੜਾ ਇਹਨੀ ਆਪਣਾ ਛੱਡਿਆ, ਕੋਈ ਸਰਕਾਰੀ ਰਾਹ ਨਹੀਂ, ਇਹ ਧੱਕਾ ਸਾਡੇ ਨਾਲ ਕਰ ਰਿਹਾ, ਉਲਟਾ ਸਾਨੂੰ ਕਹਿਣ ਡਿਆ ਸਾਡੇ ਨਾਲ ਧੱਕਾ ਕਰਨ ਡਿਆ। ਅਸੀਂ ਸਵੇਰੇ ਇਹਨਾਂ ਰੋਕਣ ਗਏ, ਕਹਿੰਦੇ ਅਸੀਂ ਨਹੀਂ ਰੁਕਣਾ, ਤੁਸੀਂ ਜੋ ਮਰਜ਼ੀ ਕਰ ਲਓ ਅਸੀਂ ਆਪਣੇ ਥਾਂ 'ਚ ਬਣਾਉਂਦੇ ਹਾਂ। ਉਹ ਇਹਨਾਂ ਦਾ ਥਾਂ ਨਹੀਂ ਭਾਅ ਜੀ, ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਹਾਂਜੀ ਲਿਖਤੀ ਸ਼ਿਕਾਇਤ ਕੀਤੀ ਉਹ ਆਣ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਵੀ ਐਟ GNA ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ ਏਵਰੀਵਨ ਐਂਡ ਏਵਰੀਥਿੰਗ ਅਰਾਊਂਡ ਅਸ। ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ। ਇਨਕਰੇਜ ਥੌਟ ਲੀਡਰਸ਼ਿਪ। We are at the forefront of new age digital technology. We are world standard in theory and practice. We are a multicultural network community. We groom competent global citizens to effect positive change around them.